ਇਹ ਸੋਲਰ ਬੋਟ ਦਾ ਡਿਜ਼ਾਈਨ ਐਲ ਜੀ ਕੋਰੀਆ ਨੇ ਤਿਆਰ ਕੀਤਾ ਅਤੇ ਇਸ ਨੂੰ ਉਪਲਬਧ ਪੂਨੇ ਯੂਨੀਵਰਸਿਟੀ ਦੇ ਫਿਜ਼ਿਕਸ ਡਿਪਾਰਟਮੈਂਟ ਨੇ ਕਰਵਾਇਆ। ਇਹ ਇੱਕ ਰੈਡੀਮੇਡ ਕਿੱਟ ਹੈ। ਇਸ ਵਿੱਚ ਇੱਕ ਮੋਟਰ ਅਤੇ ਵਾਰਮ ਗੇਅਰ ਨਾਲ ਸੋਲਰ ਪੈਨਲ ਜੁੜਿਆ ਹੋਇਆ ਹੈ। ਸੋਲਰ ਪੈਨਲ ਉੱਤੇ ਧੁੱਪ ਪੈਂਦੀ ਹੈ ਤਾਂ ਉਦੋਂ ਮੋਟਰ ਚੱਲਦੀ ਹੈ। ਹੁਣ ਮੋਟਰ ਨੂੰ ਉਸ ਦੀ ਪਲਾਸਟਿਕ ਕੇਸ ਵਿੱਚ ਲਗਾਓ ਅਤੇ ਕਿਸ਼ਤੀ ਬਣਾਉਣ ਦਾ ਸਾਰਾ ਸਮਾਨ ਇਕੱਠਾ ਕਰੋ ਅਤੇ ਸਟੈਰੋਫੋਮ ਦੀ ਕਿਸ਼ਤੀ ਦੀ ਬੋਡੀ ਉੱਤੇ ਫਿੱਟ ਕਰੋ। ਇਸ ਬੋਡੀ ਵਿੱਚ 2 ਛੇਦ ਅਤੇ ਜਿੱਥੇ ਮੇਨ ਐਕਸਲ ਲੱਗੇਗਾ ਇੱਕ ਜਿੱਥੇ 6 ਮੇਨ ਐਕਸਲ ਲੱਗੇਗਾ ਅਤੇ ਬੋਡੀ ਦੇ ਅਗਲੇ ਹਿੱਸੇ ਇੱਕ ਪਾਇਲਟ ਲੱਗੇਗਾ ਅਤੇ ਇਹ ਸੋਲਰ ਪੈਨਲ ਫਿੱਟ ਹੋਇਆ ਹੈ। ਇਹ ਫਰੇਮ ਸੋਲਰ ਪੈਨਲ ਦੇ ਝੁਕਾ ਲਈ ਜ਼ਰੂਰੀ ਹੈ ਤਾਂ ਜੋ ਇਸ ਉੱਤੇ ਧੁੱਪ ਪੈ ਸਕੇ। ਹੁਣ ਮੋਟਰ ਅਤੇ ਵਾਰਮ ਗੇਅਰ ਨੂੰ ਆਪਣੀ ਆਪਣੀ ਜਗ੍ਹਾ 'ਤੇ ਫਿਕਸ ਕਰ ਦਿਓ ਅਤੇ ਸੋਲਰ ਪੈਨਲ ਨੂੰ ਵੀ ਉਸ ਦੇ ਫਰੇਮ 'ਤੇ ਫਿਕਸ ਕਰ ਦਿਓ। ਕਿਸ਼ਤੀ ਦੀ ਸਟੈਰੋਫੋਮ ਬੋਡੀ ਦੇ ਵਿਚਕਾਰ ਐਕਸਲ ਲਗਾਓ ਜਿਸ ਦੇ ਦੋਨੋਂ ਐਂਡਸ 'ਤੇ ਪੈਡਲ ਲਗਾਓ ਅਤੇ ਵਿਚਕਾਰ ਇੱਕ ਗੇਅਰ ਹੋਏ। ਹੁਣ ਸੋਲਰ ਪੈਨਲ ਲਗਭਗ ਤਿਆਰ ਹੋ ਗਿਆ ਹੈ। ਮੋਟਰ ਦਾ ਵਾਰਮ ਗੇਅਰ ਜਦ ਘੁੰਮਦਾ ਹੈ ਉਹ ਐਕਸਲ ਦੇ ਗੇਅਰ ਨੂੰ ਵੀ ਘੁੰਮਾਉਂਦਾ ਹੈ ਅਤੇ ਅੱਗੇ ਪੈਡਲ ਨੂੰ ਘੁੰਮਾਉਂਦਾ ਹੈ। ਧੁੱਪ ਪੈਣ 'ਤੇ ਸੋਲਰ ਪੈਨਲ ਮੋਟਰ ਲਈ ਕਰੰਟ ਪੈਦਾ ਕਰੇਗਾ ਜੋ ਅੱਗੇ ਪੈਡਲ ਨੂੰ ਘੁੰਮਾਉਂਦੀ ਹੈ। ਜਦ ਸੋਲਰ ਪੈਨਲ 'ਤੇ ਛਾਂ ਪੈਂਦੀ ਹੈ ਤਾਂ ਮੋਟਰ ਵਿੱਚੋਂ ਕਰੰਟ ਨਹੀਂ ਪਏਗਾ ਅਤੇ ਬੋਟ ਪਾਣੀ 'ਤੇ ਇੱਕ ਮਤਲਬ ਰੁਕ ਜਾਏਗੀ। ਹੁਣ ਸੋਲਰ ਪੈਨਲ ਕਿਸ਼ਤੀ ਨੂੰ ਪਾਣੀ ਦੇ ਇੱਕ ਵੱਡੇ ਟੱਬ 'ਤੇ ਰੱਖੋ। ਜਿਵੇਂ ਹੀ ਸੋਲਰ ਪੈਨਲ 'ਤੇ ਧੁੱਪ ਪਏਗੀ ਉਦੋਂ ਬੋਟ ਤੈਰੇਗੀ ਚੱਲੇਗੀ। ਜਦੋਂ ਛਾਂ ਪਏਗੀ ਸੋਲਰ ਪੈਨਲ ਕਿਸ਼ਤੀ ਰੁਕ ਜਾਏਗੀ ਕਿਉਂਕਿ ਬਿਜਲੀ ਕਰੰਟ ਪੈਦਾ ਨਹੀਂ ਹੋਏਗਾ। ਇਹ ਬਹੁਤ ਮਜ਼ੇਦਾਰ ਪ੍ਰਯੋਗ ਹੈ।